ਸਾਰੇ ਦੋਸਤਾਂ ਦਾ ਅੱਜ ਦੀ ਇਸ ਮਹਿਫਿਲ ਵਿੱਚ ਸਵਾਗਤ ਹੈ। 1947 ਦੌਰਾਨ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪਟਿਆਲਾ ਸ਼ਹਿਰ ਦੇ ਆਸ-ਪਾਸ ਵੱਸਦੇ ਕੋਈ 1 ਦਰਜਨ ਦੇ ਕਰੀਬ ਪਿੰਡ ਮੁਸਲਿਮ ਬਹੁ ਗਿਣਤੀ ਵਸੋਂ ਵਾਲੇ ਸਨ। ਇਹਨਾਂ ਪਿੰਡਾਂ ਦੇ ਕੁਝ ਨਾਮ ਅਲੀਪੁਰ ਅਰਾਈਆਂ, ਮਿਰਜ਼ਾਪੁਰ, ਜੋੜਾ ਰਸੂਲਪੁਰ, ਭਟੇੜੀ, ਫਰੀਦਪੁਰ, ਦੌਣ, ਕੌਲੀ, ਹਸਨਪੁਰ, ਸੈਫਦੀਪੁਰ ਹਨ, ਜਿਨ੍ਹਾਂ ਵਿੱਚ 1947 ਤੋਂ ਬਾਅਦ ਪਾਕਿਸਤਾਨ ਪੰਜਾਬ ਵਿੱਚੋਂ ਹਿਜਰਤ ਕਰਕੇ ਆਏ ਜੱਟ ਸਿੱਖ ਪਰਿਵਾਰ ਆਬਾਦ ਹਨ। ਜ਼ਾਹਰ ਹੈ, ਪਾਕਿਸਤਾਨ ਤੋਂ ਹਿਜਰਤ ਕਰਕੇ ਆਏ ਸਿੱਖ ਅਤੇ ਹਿੰਦੂ ਪਰਿਵਾਰ 'ਤੇ ਵਰਤੇ ਕਹਿਰ ਦੀਆਂ ਹਿਰਦੇ ਵਲੂੰਦਰ ਦੀਆਂ ਕਹਾਣੀਆਂ ਹਨ। ਵੰਡ ਦੌਰਾਨ ਇਹਨਾਂ ਪਿੰਡਾਂ ਤੋਂ ਮੁਸਲਿਮ ਪਰਿਵਾਰਾਂ ਦੀ ਹਿਜਰਤ ਦੀਆਂ ਵੀ ਬਹੁਤ ਦਰਦਨਾਕ ਕਹਾਣੀਆਂ ਹਨ, ਜਿਹੜੀਆਂ ਸਮੇਂ ਦੀ ਧੂੜ ਵਿੱਚ ਦੱਬੀਆਂ ਹੋਣ ਕਾਰਨ ਇਨਸਾਨੀ ਦਰਦ ਮੰਦਾਂ ਦੇ ਸਾਹਮਣੇ ਨਹੀਂ ਆਈਆਂ। ਇਹਨਾਂ ਕਹਾਣੀਆਂ ਦੇ ਬਹੁਤੇ ਚਸ਼ਮਦੀਦ ਗਵਾਹ ਹੌਲੀ ਹੌਲੀ ਆਪੋ ਆਪਣੀ ਉਮਰ ਹੰਢਾ ਸੰਸਾਰ ਤੋਂ ਰੁਖਸਤ ਕਰ ਚੁੱਕੇ ਹਨ, ਪਰੰਤੂ ਅਜੇ ਵੀ ਕੋਈ ਟਾਵਾਂ ਟਾਵਾਂ ਬਜ਼ੁਰਗ ਇਹਨਾਂ ਪੀੜਾਂ ਦੀ ਬਾਤ ਪਾਉਣ ਲਈ ਮਿਲ ਜਾਂਦਾ ਹੈ। ਇਸੇ ਲੜੀ ਵਿੱਚ ਪਟਿਆਲਾ ਸ਼ਹਿਰ ਤੋਂ ਕਰੀਬ 5-6 ਕਿਲੋਮੀਟਰ ਚੜ੍ਹਦੇ ਪਾਸੇ ਮਿਰਜ਼ਾਪੁਰ ਪਿੰਡ ਵਿੱਚ ਗੱਡਰੀਆਂ ਜਾਤੀ ਨਾਲ ਸੰਬੰਧਿਤ ਬਾਪੂ ਦੇਸ ਰਾਜ ਨਾਲ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਅਚਾਨਕ ਮੁਲਾਕਾਤ ਹੋ ਗਈ। ਬਾਪੂ ਦੇਸ ਰਾਜ ਨਾਲ ਵਿਸਥਾਰ ਪੂਰਵਕ ਗੱਲਬਾਤ ਕਰਨ ਲਈ ਉਹਨਾਂ ਦੇ ਪਿੰਡ ਮਿਰਜ਼ਾਪੁਰ ਜਾਣ ਦਾ ਵਿਚਾਰ ਬਣਾਇਆ। ਆਪਣੇ ਸਹਿਯੋਗੀ ਸਰਦਾਰ ਜੋਗਿੰਦਰ ਸਿੰਘ ਗਿੱਲ ਨਾਲ ਬਾਪੂ ਦੇਸ ਰਾਜ ਨੂੰ ਉਹਨਾਂ ਦੇ ਖੇਤਾਂ ਵਿੱਚ ਜਾ ਪਹੁੰਚੇ। ਬਾਪੂ ਦੇਸ ਰਾਜ ਭਾਵੇਂ ਆਪਣੀ ਉਮਰ ਦੇ 9 ਦਹਾਕੇ ਹੰਢਾ ਚੁੱਕੇ ਹਨ, ਪਰੰਤੂ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਅਜੇ ਵੀ ਸਾਈਕਲ 'ਤੇ ਸਵਾਰੀ ਕਰਨ ਨੂੰ ਤਰਜੀਹ ਦਿੰਦੇ ਹਨ। ਬਾਪੂ ਦੇਸ ਰਾਜ ਦੀਆਂ ਯਾਦਾਂ ਦੇ ਝਰੋਖੇ ਵਿੱਚੋਂ 1947 ਦੀ ਵੰਡ ਦੇ ਕੁਝ ਅੱਖੀ ਦੇਖੇ ਦ੍ਰਿਸ਼ ਦੋਸਤਾਂ ਦੀ ਕਚਹਿਰੀ ਵਿੱਚ ਪੇਸ਼ ਹਨ। ਹਾਂਜੀ ਬਜ਼ੁਰਗੋ, ਆਪਣਾ ਨਾਂ ਕੀ ਆ? ਦੇਸ ਰਾਜ ਜੀ ਮੇਰੇ ਨਾਂ। ਅਤੇ ਆਪਣੇ ਪਿਤਾ ਜੀ ਦਾ ਕੀ ਨਾਂ ਸੀ? ਉਹਦੇ ਨਾਂ ਮੀਰੀਆ ਰਾਮ ਥਾ। ਮੀਰੀਆ ਰਾਮ। ਅਤੇ ਬਾਬਾ ਜੀ ਦਾ ਨਾਂ? ਪਿੰਡ ਉਹਦਾ ਨਾਂ ਹਰੀ ਸਿੰਘ ਥਾ। ਹਰੀ 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 ਸਿੰਘ। ਅਤੇ ਕਿਹੜੀ ਬਰਾਬਰੀ ਆਪਣੀ? ਅਸੀਂ ਗੜਰੀਏ ਹੁੰਦੇ ਹਾਂ। ਅੱਛਾ, ਅਤੇ ਇਹ ਜਿੱਥੇ ਆਪਾਂ ਜਿਹੜੇ ਪਿੰਡ ਦੀ ਜ਼ਮੀਨ 'ਚ ਬੈਠੇ ਹਾਂ, ਕਿਹੜਾ ਪਿੰਡ ਆ ਇਹ? ਇਹ ਮਿਰਜ਼ਾਪੁਰ ਹੈ ਜੀ। ਅੱਛਾ, ਕਿਹੜੀ ਮਤਲਬ ਇਹਦਾ ਤਹਿਸੀਲ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਵੀ ਪਟਿਆਲਾ ਹੀ ਹੈ ਇਹਦਾ ਤਾਂ। ਤਹਿਸੀਲ ਵੀ ਪਟਿਆਲਾ? ਤਹਿਸੀਲ ਵੀ ਪਟਿਆਲੇ ਆ। ਅਤੇ ਇਹਦੇ ਆਲੇ ਦੁਆਲੇ ਦੇ ਜਿਹੜੇ ਨੇੜੇ ਨੇੜੇ ਦੇ ਪਿੰਡ ਨੇ, ਉਹਨਾਂ ਦੇ ਨਾਮ ਦੱਸੋ ਹਾਂ ਜਰਾ। ਉਹਨਾਂ ਦਾ ਆਪਣੇ ਸ਼ਿਵ ਦੇ ਪਾਸੇ ਤਾਂ ਹੈਗੀ ਬਾਰਨ। ਬਾਰਨ? ਅੱਛਾ, ਥੋੜ੍ਹਾ ਉੱਚੀ ਬੋਲੋ। ਅੱਛਾ, ਮਾਜਰੀ ਵੀ ਸ਼ਿਵ ਦੇ ਪਾਸੇ ਹੀ ਆ ਸਮਝੇ, ਕੋਲੇ ਆ ਉਹਦੇ। ਅੱਛਾ, ਫਰੀਦਪੁਰ ਸਾਡੇ ਕੋਈ ਨਾ ਤਾਂ ਸ਼ਿਵ ਦੇ ਪਾਸੇ ਆ, ਨਾ ਪਹਾੜੀ ਪਹਾੜੇ ਪਾਸੇ ਆ, ਨੇੜੇ ਹੀ ਆ ਬਿਲਕੁਲ। ਅੱਛਾ, ਫਰੀਦਪੁਰ। ਛੋਟੀ ਦੌਣ ਹੈਗੀ ਆਪਣੇ ਪਹਾੜ ਵਾਲੇ ਪਾਸੇ 'ਚ, ਛੋਟੀ ਦੌਣ। ਅੱਛਾ, ਜੌੜਾ ਰਸੂਲਪੁਰ ਹੈਗਾ ਚੜ੍ਹਦੇ ਪਾਸੇ, ਭਠੇੜੀ ਚੜ੍ਹਦੇ ਪਾਸੇ। ਅੱਛਾ, ਹੋਰ ਦੌਲਤਪੁਰ ਆ ਗਿਆ ਇਹ ਦੱਖਣ ਵਾਲੇ ਪਾਸੇ 'ਚ। ਅੱਛਾ, ਦੌਲਤਪੁਰ ਆ ਗਿਆ, ਮੂਦਪੁਰ, ਸਹਿਬਦੀਪੁਰ। ਅੱਛਾ, ਇਹ ਪਿੰਡ। ਅੱਛਾ, ਅਤੇ ਇੱਥੋਂ ਪਟਿਆਲਾ ਸ਼ਹਿਰ ਕਿੰਨੀ ਕੁ ਦੂਰ ਹੋਊਗਾ? ਪਟਿਆਲਾ ਹੈਗਾ ਕੋਈ 4 ਕੁ ਮੀਲ ਹੋਣਾ ਇੱਥੋਂ। ਅੱਛਾ, ਹਾਂ ਠੀਕ ਆ। 4 ਮੀਲ ਮਤਲਬ ਦੱਖਣ ਵਾਲੇ ਪਾਸੇ ਹੈ ਨਾ? ਹਾਂ, ਦੱਖਣ ਵਾਲੇ ਪਾਸੇ ਜੀ। ਅੱਛਾ ਅੱਛਾ, ਅਤੇ ਆਪਾਂ ਜਦੋਂ ਪਾਕਿਸਤਾਨ ਬਣਿਆ 1947, ਉਦੋਂ ਕਿੰਨੀ ਕੁ ਉਮਰ ਸੀ ਆਪਣੀ?
ਕੋਈ 16-17 ਸਾਲ ਦੀ ਹੋਣੀ, 18 ਦੀ ਹੋਣੀ, ਬਸ 16-17 ਦੀ ਸੀ ਬਸ, ਇੰਨੀ ਕੁ ਉਮਰ ਦੀ। ਇਹਦਾ ਮਤਲਬ ਤੁਹਾਨੂੰ ਪੂਰੀ ਸੁਰਤ ਹੈ ਉਸ ਵੇਲੇ ਦੀ? ਹਾਂ ਹਾਂ, ਉਸ ਵਕਤ ਦੀ ਹੈਗੀ ਸੁਰਤ। ਅਤੇ ਇਹ ਜਿਹੜਾ ਮਿਰਜ਼ਾਪੁਰ ਪਿੰਡ ਆ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ, ਆਹੋ, ਇਹ ਤੁਹਾਡਾ ਜੱਦੀ ਪਿੰਡ ਆ। ਇੱਥੇ ਹੋਰ ਕੌੜੀ ਕਿਹੜੀਆਂ ਬਰਾਦਰੀ ਰਹਿੰਦੀਆਂ ਸੀ 47 ਤੋਂ ਪਹਿਲਾਂ? 47 ਤੋਂ ਪਹਿਲਾਂ ਇੱਕ ਘਰ ਸਾ ਚੂੜਿਆਂ ਦਾ। ਅੱਛਾ, ਉਹਨਾਂ ਦਾ ਨਾਂ ਹੈ ਕੋਈ ਪਤਾ? ਹੈਗਾ, ਉਹਨਾਂ ਦੇ ਵੱਡੇ ਵਡੇਰੇ ਦਾ ਨਾਂ ਕਿਸੇ ਦਾ? ਗੀਨਾ ਨਾਂ ਹੁੰਦਾ ਤਾ, ਗੀਨਾ ਇੱਕ ਸਰਦਾ। ਅੱਛਾ, ਦੋ ਭਾਈ ਸੀ? ਹਾਂ, ਭਾਈ ਤਾਂ ਕਈ ਤੇ, ਇੱਕ ਰਿਸ਼ੀਆ ਹੁੰਦਾ ਤਾ, ਕਈ ਭਾਈ ਤੇ ਉਹ। ਅੱਛਾ, ਚੂੜਿਆਂ ਦੇ, ਮਤਲਬ ਬਾਲਮੀਕਿ ਜਿਹਨੂੰ ਅੱਜ ਕੱਲ੍ਹ ਕਹਿੰਦੇ ਆਪਾਂ। ਆਹੋ ਆਹੋ। ਅੱਛਾ, ਹੋਰ? ਹੋਰ ਬਸ ਇੱਕ ਘਰ ਸਾਡਾ ਗੜਰੀਆਂ ਦਾ ਸਾ। ਅੱਛਾ, ਇੱਕੋ ਘਰ ਸੀ? ਤੁਸੀਂ ਕਿੰਨੇ ਭਾਈ ਸੀ ਫਿਰ? ਅਸੀਂ 4 ਭਾਈ ਤੇ ਉਸ ਵਕਤ। ਬੜੇ ਭਾਈ ਤੇਰੇ ਸੀ ਕਿ ਛੋਟੇ ਸੀ ਤੇਰੇ ਤੋਂ? ਮੇਰੇ ਤੋਂ ਇੱਕ ਬੜਾ ਤਾ, ਬਾਕੀ 2 ਛੋਟੇ ਦੇ। ਬੜੇ ਦਾ ਕੀ ਨਾਂ ਸੀ? ਬੜੇ ਦਾ ਨਾਂ ਸਰੂਪ ਤਾ। ਤੇ ਛੋਟੇ ਦਾ? ਛੋਟੇ ਦਾ ਨਾਂ ਰਾਮ ਕਿਸ਼ਨ। ਹੈਗੇ ਨੇ ਹੁਣ ਉਹ? ਹਾਂ, ਉਹ ਤਾਂ ਬੜਾ ਵੀ ਚਲਿਆ ਗਿਆ, ਛੋਟਾ ਵੀ ਚਲਿਆ ਗਿਆ। ਅੱਛਾ, ਰਾਮ ਕਿਸ਼ਨ ਰਹਿ ਗਿਆ। ਉਹ ਤੁਹਾਡਾ, ਤੁਹਾਡੇ ਤੋਂ ਛੋਟਾ ਹੈ? ਹਾਂ ਹਾਂ, ਮੇਰੇ ਤੋਂ ਛੋਟਾ। ਉਹਨੂੰ ਤਾਂ ਸੰਭਾਲਦੀ ਨਹੀਂ ਕੋਈ ਹੋਣੀ ਉਦੋਂ ਦੀ? ਨਾ, ਉਹਨੂੰ ਛੋਟਾ ਘੱਟੇ ਹੋਣੀ ਸੰਭਾਲ। ਅੱਛਾ ਅੱਛਾ, ਉਸ ਵਕਤ ਦੀ। ਅਤੇ ਅੱਛਾ, ਜਿਹੜੇ ਹੋਰ, ਉਸ ਤੋਂ ਇਲਾਵਾ ਹੋਰ ਕਿਹੜੀ ਬਰਾਦਰੀ ਸੀ? ਹੋਰ ਤਾਂ ਬਸ ਮੁਸਲਮਾਨ ਏ ਤੇ। ਕਿਹੜੀ ਬਰਾਦਰੀ ਦੇ ਮੁਸਲਮਾਨ ਸਨ? ਬਸ ਮੁਸਲਮਾਨ ਏ ਤੇ, ਹੋਰ ਤਾਂ ਕੋਈ ਜਾਤ ਨਹੀਂ ਸੀ। ਉਹਨਾਂ ਦੀ ਜਾਤ ਕੋਈ ਨਾ, ਜਾਤ ਜਿਵੇਂ ਹੁੰਦੀ ਆ ਕੋਈ ਰਾਜਪੂਤ ਹੁੰਦੀ ਆ ਜਾਂ? ਨਾ ਨਾ, ਕੋਈ ਜਾਤ ਦਾ ਨਹੀਂ ਪਤਾ ਤੁਹਾਨੂੰ? ਜਾਤ ਦਾ ਤਾਂ ਬਸ ਮੁਸਲਮਾਨ ਏ ਤੇ। ਮੁਸਲਮਾਨ ਤੇ ਉਹਨਾਂ ਦਾ ਧਰਮ ਸੀ ਨਾ? ਹਾਂ, ਉਹਨਾਂ 'ਚ ਵੀ ਜਾਤਾਂ ਸਾਡੇ ਵਾਂਗੂ ਹੁੰਦੀਆਂ ਨਾ। ਬਾ, ਇੱਕ ਘਰ ਥਾ ਘੁਮਾਰਾਂ ਦਾ। ਅੱਛਾ, ਉਹ ਕੀ ਨਾਂ ਸੀ ਉਹਨਾਂ ਦੇ ਵਡੇਰੇ ਦਾ? ਉਹਦੇ ਨਾਂ ਅਲੀਆ ਘੁਮਾਰ ਸਾ, ਅਲੀਆ। ਅੱਛਾ, ਤੇ ਜਿਹੜਾ ਹੋਰ ਲੰਬੜਦਾਰ ਕਿੰਨਾ ਸੀ ਇੱਥੇ? ਲੰਬੜਦਾਰ ਸਾ ਨਿਜ਼ਾਮਦੀਨ। ਨਿਜ਼ਾਮਦੀਨ ਲੰਬੜਦਾਰ ਸਾ? ਹਾਂ, ਨਿਜ਼ਾਮਦੀਨ ਲੰਬੜਦਾਰ ਸਾ। ਅਤੇ ਜ਼ਮੀਨ ਜ਼ਮੀਨ ਉਹਦੀ ਜ਼ਮੀਨ ਸਭ ਤੋਂ ਜ਼ਿਆਦਾ ਸੀ? ਹਾਂ, ਜ਼ਮੀਨ ਤਾਂ ਖੈਰ, ਹਾਂ, ਜ਼ਿਆਦਾ ਸੀ ਉਹਦੀ ਜ਼ਮੀਨ ਵੀ। ਮਤਲਬ ਜ਼ਿਆਦਾਤਰ ਜ਼ਮੀਨ ਮੁਸਲਮਾਨਾਂ ਦੀ ਸੀ ਜਾਂ ਦੂਜਿਆਂ ਦੀ ਵੀ ਸੀ? ਨਾ, ਜ਼ਮੀਨ ਤਾਂ ਖੈਰ ਉਹਦੀ ਸਾਰੀ ਮੁਸਲਮਾਨਾਂ ਦੀ ਹੋਣੀ ਚਾਹੀਦੀ। ਹਾਂ, ਸਾਰੀ ਮੁਸਲਮਾਨਾਂ ਦੀ। ਦੂਜੀਆਂ ਬਰਾਦਰੀਆਂ ਤਾਂ ਥੋੜ੍ਹੀ ਥੋੜ੍ਹੀ ਅਗਰ ਹੋਏਗੀ? ਸਾਡੀ ਕੋਈ ਜ਼ਮੀਨ ਨਹੀਂ ਸੀ। ਅੱਛਾ ਅੱਛਾ, ਠੀਕ ਆ। ਅਤੇ ਅੱਛਾ, ਫਿਰ ਉਹ ਜਦੋਂ ਹੋਇਆ ਇਹ 47 ਹੋਇਆ, ਆਹੋ, ਅਤੇ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹਨਾਂ ਨੇ ਹੁਣ ਇੱਥੋਂ ਚਲੇ ਜਾਣਾ ਜਾਂ ਕੀ ਹੋਣਾ? ਰੌਲਾ ਸਾਡੇ ਆਲੇ ਦੁਆਲੇ ਸਾਡੇ ਆਈ ਤਿਰਪੜੀ ਉੱਜੜ ਕੇ। ਤਿਰਪੜੀ ਜਿਹੜੇ ਤਿਰਪੜੀ ਪਟਿਆਲੇ ਦੇ ਵਿੱਚ ਹੀ ਆ? ਹਾਂ, ਪਟਿਆਲੇ 'ਚ। ਹਾਂ, ਤਿਰਪੜੀ ਆ ਗਈ, ਅਲੀਪੁਰ ਆਇਆ। ਕਿਹੜੀ ਜਗ੍ਹਾ ਆ ਗਏ ਉਹ? ਇਹ ਸਾਡੇ ਪਿੰਡ ਤੇ ਚੜ੍ਹਦੇ ਪਾਸੇ 'ਚ ਆ ਗਏ ਬੰਦੇ ਦੇ ਲਵੇ। ਅੱਛਾ, ਆਹੜਾ ਬੰਦਾ ਸਾਹਮਣੇ? ਹਾਂ ਹਾਂ, ਇਹ ਤੇ ਲੱਗੇ ਬਹਿ ਗਏ। ਆਹ ਬੰਦਾ ਆਹੀ ਹੋਣਾ? ਆਹੋ, ਆਹੀ ਬੰਦਾ। ਐਨ ਪਿੰਡ ਤੇ ਚੜ੍ਹਦੇ ਪਾਸੇ 'ਚ ਕਲਰ ਪਿਆ ਹੁੰਦਾ ਥਾ, ਉਹਦੇ 'ਚ ਇਕੱਠੇ ਹੋ ਗਏ? ਆਹੋ, ਉਹਦੇ 'ਚ ਇਕੱਠੇ ਹੋ ਗਏ। ਅੱਛਾ, ਫਿਰ? ਬਹੁ, ਫਿਰ ਵਿੱਚੋਂ ਕਹਿਣ ਲੱਗੇ ਜਿਹੜੇ ਸਾਡੇ ਲਿਹਾਜ਼ਦਾਰ ਤੇ ਨਾ ਮੁਸਲਮਾਨ, ਉਹ ਕਹਿੰਦੇ ਬਈ ਹੁਣ ਤਾਂ ਆ ਗਏ ਪਾਸੇ ਦੇ ਬੰਦੇ। ਅੱਛਾ, ਬਈ ਹੁਣ ਸਾਡੇ ਬੇਬਸ ਹੈ, ਬਈ ਤੁਹਾਡੇ ਤੁਹਾਨੂੰ ਕੋਈ ਨੁਕਸਾਨ ਨਾ ਕਰੇ। ਹਾਂ ਹਾਂ, ਨੁਕਸਾਨ ਜਿਹੜੇ ਮਤਲਬ ਹਿੰਦੂ ਨੇ ਉਹਨਾਂ ਨੂੰ ਜਾਂ ਸਿੱਖ ਨੇ ਉਹਨਾਂ ਨੂੰ ਕੋਈ? ਹਾਂ, ਠੀਕ ਆ। ਬਸ ਅਸੀਂ ਫਿਰ ਅਸੀਂ ਮਾਜਰੀ ਵਗੇ ਥੇ। ਮਾਜਰੀ ਅਕਾਲੀਆਂ ਜਿਹੜੀ ਆ? ਅਕਾਲੀਆਂ ਦੀ ਮਾਜਰੀ ਉੱਥੇ ਵਗੇ ਤੁਸੀਂ? ਜਿੰਨੇ ਵੀ ਮਤਲਬ ਹਿੰਦੂ ਸੀ, ਜਿਵੇਂ ਤੁਹਾਡੇ ਬਾਲਮੀਕ ਸੀ ਜਾਂ ਤੁਸੀਂ ਗੜਰੀਏ? ਆ ਗੜਰੀਏ, ਉਹ ਬਾਲਮੀਕ ਬਾਗੇ ਤੇ ਚੂੜੇ ਬਾਗੇ ਫਰੀਦ ਵਰਮਾ। ਅੱਛਾ, ਅਸੀਂ ਬਾਗੇ ਮਾਜਰੀ, ਸਾਡੇ ਮਾਜਰੀ ਗੜਰੀਏ ਥੇ। ਅੱਛਾ, ਉੱਥੇ ਜਿੰਨਾ ਕੋਈ ਇੱਥੇ ਕੋਈ ਉਹ ਬਾਹਰਲੇ ਬੰਦੇ ਕੋਈ ਨੁਕਸਾਨ ਨਾ ਪਹੁੰਚਾ। ਹਾਂ ਹਾਂ, ਪਰ ਤੁਹਾਡਾ ਜਿਹੜੇ ਇੱਥੋਂ ਦੇ ਤੁਹਾਡੇ ਪਿੰਡ ਦੇ ਸਨ ਮੁਸਲਮਾਨ, ਉਹਨਾਂ ਨਾਲ ਤੁਹਾਡਾ ਵਤੀਰਾ ਕਿਵੇਂ ਦਾ ਸੀ?
ਆਪਸ ਮਿਲ ਉਹ ਤਾਂ ਪਹਿਲਾਂ ਤਾਂ ਠੀਕ ਹੈ ਤੇ ਮਤਲਬ ਤੁਹਾਡੇ ਨਾਲ ਅਸੀਂ ਤਾਂ ਭੇਡਾਂ ਚਾਰਦੇ ਤੇ ਅੱਛਾ ਜ਼ਮੀਨਾਂ ਸਾਲੀਆਂ ਬਥੇਰੀਆਂ ਕਲਰ ਬੇਸਾਬ ਵਿਹਲੇ ਪਏ ਤੇ ਚਰਾਂਦਾ ਵਾਧੂ ਸੀ ਮਤਲਬ ਕਹਿੰਦਾ ਮਤਲਬ ਹਾਂ ਇੱਕ ਸਾਡੀ ਜ਼ਮੀਨ ਵਾ ਉਹ ਬੀੜ ਪਿਆ ਹੁੰਦਾ ਤਾਂ ਉਰੇ ਸਿੱਧੂ ਵਾਲ ਦਾ ਅੱਛਾ ਸਾਡੇ ਪਿੰਡ ਦੇ ਦੱਖਣ ਵਾਲੇ ਪਾਸੇ ਚ ਉੱਥੇ ਪਈਆਂ ਫਿਰੀ ਜਾਂਦੀਆਂ 500-600 ਵਿਘੇ ਦਾ ਬੀੜ ਥਾ ਅੱਛਾ ਕੋਈ ਬਾਰਨ ਦੀ ਜਗ੍ਹਾ ਪਈ ਹੁੰਦੀ ਸੀ ਭੇਡਾਂ ਬੱਕਰੀਆਂ ਜਿੰਨੀ ਮਰਜ਼ੀ ਕੋਈ ਚਾਰੇ ਡੰਗਰ ਨਹੀਂ ਪਰ ਮੁਸਲਮਾਨ ਜਿਹੜੇ ਜ਼ਿਮੀਂਦਾਰ ਸੀ ਤੁਹਾਡੇ ਪਿੰਡ ਦੇ ਉਹਨਾਂ ਦਾ ਤੁਹਾਡੇ ਨਾਲ ਤਾਂ ਅੱਛਾ ਸਲੂਕ ਕਰਦੇ ਹੋਣੇ ਕੋਈ ਸਲੂਕ ਸਭ ਠੀਕ ਤਾਂ ਕੋਈ ਭੇਦਭਾਵ ਨਹੀਂ ਕਰਦੇ ਹੋਣੇ ਨਾ ਨਾ ਕੁਛ ਨਹੀਂ ਕਰਦੇ ਮਤਲਬ ਭਾਈਆਂ ਵਾਂਗੂ ਰਹਿੰਦੇ ਸੀ ਤੇ ਉਹਨਾਂ ਦੇ ਵਿਆਹ ਸ਼ਾਦੀ ਵੀ ਵੇਖੇ ਹੋਣਗੇ ਤੁਸੀਂ ਵਿਆਹ ਤਾਂ ਹੁਣ ਯਾਦ ਨਹੀਂ ਹੈ ਇਸ ਵਕਤ ਕਿਵੇਂ ਵਿਆਹ ਕਿਵੇਂ ਕਰਦੇ ਸੀ ਉਹ ਉਹਨਾਂ ਦਾ ਹਿਸਾਬ ਕਿਤਾਬ ਕਿੱਦਾਂ ਸੀ ਕੋਈ ਉਹ ਤਾਂ ਮੁਸਲਮਾਨ ਹੀ ਕਰਦੇ ਤੇ ਨਵਾਜ਼ ਪੜ੍ਹਦੇ ਤੇ ਉਹਨਾਂ ਨਿਕਾਹ ਹੁੰਦੇ ਸੀ ਹਾਂ ਨਿਕਾਹ ਹੁੰਦੇ ਤੇ ਖਾਂਦੇ ਪੀਣ ਦੇ ਕੀ ਖਾਣ ਪੀਣ ਦਾ ਕੀ ਹੁੰਦਾ ਸੀ ਉਹਨਾਂ ਦੇ ਸਾਰੀ ਚੀਜ਼ਾਂ ਖਾਂਦੇ ਸੀ ਜਾਂ ਕੋਈ ਨਹੀਂ ਕੋਈ ਆਪਣਾ ਇਹੀ ਖਾਂਦੇ ਤੇ ਆਪਣਾ ਬਈ ਕੋਈ ਬੱਕਰਾ ਵੱਢ ਲਿਆ ਕਿਸੇ ਨੇ ਅੱਛਾ ਉਰੇ ਡੰਗਰ ਕੋਈ ਨੀ ਵੱਢਦੇ ਥੇ ਅੱਛਾ ਉਹ ਆਪਣੇ ਆਪ ਨਹੀਂ ਸੀ ਵੱਢਦੇ ਨਾ ਆਪ ਨਹੀਂ ਡੰਗਰ ਵੱਢਦੇ ਕੋਈ ਉਹਨਾਂ ਨੂੰ ਪਾਬੰਦੀ ਨਹੀਂ ਸੀ ਲੇਕਿਨ ਉਹ ਆਪ ਹੀ ਕਹਿੰਦੇ ਸੀ ਦੂਜੇ ਲੋਕਾਂ ਨੂੰ ਨਹੀਂ ਉਰੇ ਡੰਗਰ ਕੋਈ ਨਹੀਂ ਵੱਢਦੇ ਤੇ ਗਾਇਆ ਅੱਗੇ ਗਾਇਆ ਨਾ ਹੋਰ ਪਾਸੇ ਵੱਢਦੇ ਥੇ ਇੱਥੇ ਨਹੀਂ ਸੀ ਵੱਢਦੇ ਪਰ ਇੱਥੇ ਨਹੀਂ ਵੱਢਦੇ ਥੇ ਇੱਥੇ ਬੱਕਰਾ ਬੁੱਕਰਾ ਜਾਂ ਹੋਰ ਕੁੱਕੜ ਬੱਕਰਾ ਹੋਇਆ ਕੋਈ ਮਿੱਢਾ ਹੋਇਆ ਕੁੱਕੜ ਹੋਏ ਅੱਛਾ ਇਹ ਇਹ ਕੰਮ ਥਾ ਤੁਸੀਂ ਕਿਹੜਾ ਕਰੇ ਸੀ ਛੋਟਾ ਕਿਹੜਾ ਛੋਟਾ ਰਾਈ ਛੋਟਾ ਰਾਈ ਸੀ ਹਾਂ ਉਹ ਵੀ ਤੁਹਾਡੇ ਘਰ ਛੋਟਾ ਬਾਈਆ ਦਾ ਸਾਡੇ ਉਹ ਘਰ ਦੇ ਲੱਗੇ ਸੀ ਕੂਈ ਦੇ ਐਨ ਬਿਲਕੁਲ ਨੇੜੇ ਦਾ ਮਤਲਬ ਖੂਹ ਸੀ ਉਹਦੇ ਲੱਗੇ ਸੀ ਉਹਦੇ ਉਹ ਖੂਹ ਹੈਗਾ ਆ ਕੂਈ ਹੈ ਹੁਣ ਤਾਂ ਬੰਦ ਕਰਦੀ ਅੱਛਾ ਅੱਛਾ ਹਾਂ ਉਹਦੇ ਮੁੰਡੇ ਕਿੰਨੇ ਦੱਸਦੇ ਤੁਸੀਂ ਕੋਈ ਮੁੰਡਾ ਕੋਈ ਦੋ ਮੁੰਡੇ ਤੇ ਉਹਦੇ ਤੇ ਇੱਕ ਮੁੰਡਾ ਕਦੇ ਪੁਲਿਸ ਸੀਗਾ ਇੱਕ ਮੁੰਡਾ ਪਤਾ ਨਹੀਂ ਪੁਲਿਸਵਾਂ ਦਾ ਕਿ ਫੌਜਵਾਂ ਥਾ ਅੱਛਾ ਦੋ ਮੁੰਡੇ ਸੀ ਉਹਦੇ ਦੋ ਮੁੰਡੇ ਇੱਕ ਘਰੇ ਹੀ ਹੁੰਦਾ ਗਾ ਅੱਛਾ ਇੱਕ ਇਹ ਪਤਾ ਲੱਗਿਆ ਸੀ ਵੀ ਇੱਥੋਂ ਦੀ ਕੋਈ ਕੁੜੀ ਨਾ ਚੁੱਕ ਲਈ ਸੀ ਉਸ ਜ਼ਮਾਨੇ 'ਚ ਚੁੱਕੀ ਗਈ ਹੈ ਜ਼ਰੂਰ ਲੇਕਿਨ ਕੌਣ ਲੈ ਗਿਆ ਜਾਂ ਕਿੱਥੇ ਗਈ ਇਹ ਨਹੀਂ ਪਤਾ ਲੱਗਿਆ ਇਹ ਨਹੀਂ ਪਤਾ ਇਹ ਨਹੀਂ ਪਤਾ ਲੱਗਿਆ ਹਾਂਜੀ ਤੇ ਹੋਰ ਬਾਅਦ 'ਚ ਵੀ ਬਾਅਦ ਚ ਫਿਰ ਉਹ ਇਹ ਵੀ ਸੁਣ ਚ ਆਇਆ ਕਿ ਉਹਨੂੰ ਲੈ ਗਿਆ ਸੀ ਕੋਈ ਕਿਸੇ ਮਤਲਬ ਜੱਟ ਦੇ ਸਿੱਖ ਦੇ ਘਰ ਰਹੀ ਹੈ ਉਹ ਫਿਰ ਉਹਦੇ ਮਾਂ ਪਿਓ ਬਾਅਦ ਚ ਕਈ ਸਾਲਾਂ ਬਾਅਦ ਉਹਨੂੰ ਲੈ ਕੇ ਗਏ ਨੇ ਵਾਪਸ ਹਾਂ ਲੈ ਵੀ ਗਏ ਨੇ ਕਹਿੰਦੇ ਹਾਂ ਨਾਲ ਉਹਦੇ ਕਹਿੰਦੇ ਭਾਈ ਸੀ ਉਹਦਾ ਇੱਕ 5-6 ਸਾਲ ਦਾ ਉਦੋਂ ਜਦੋਂ ਚੱਕੀ ਗਈ ਸੀ ਤੇ ਉਹ ਫਿਰ 7 ਸਾਲ ਬਾਅਦ 14-15 ਸਾਲ ਦਾ ਉਹਦਾ ਭਾਈ ਸੀ ਉਹ ਫਿਰ ਕੁੜੀ ਨੂੰ ਲੈ ਗਏ ਸੀ ਹਾਂ ਲੈ ਗਏ ਜੇ ਫਿਰ ਪਤਾ ਨਹੀਂ ਕੌਣ ਤੇ ਕੌਣ ਨਹੀਂ ਇੰਨਾ ਸਮਝ ਵੀ ਪਤਾ ਨਹੀਂ ਹੈ ਜਦੋਂ ਫਿਰ ਹੋ ਗਿਆ ਵੀ ਪਾਕਿਸਤਾਨ ਨੂੰ ਮਤਲਬ ਕਿੰਨੇ ਘਰ ਸੀ ਤੁਹਾਡੇ ਇੱਥੇ ਟੋਟਲ ਮੁਸਲਮਾਨਾਂ ਦੇ ਜਦ ਘਰ ਕੋਈ 15 ਕੁ ਹੋਣੇ ਮੇਰਾ ਤਾਂ ਖਿਆਲ ਸਾਰੇ ਜਿਹੜੇ ਹਾਂ 15 ਹੋਵੇ ਕੋਈ ਇੰਨੇ ਕੁ ਹੋਣੇ 10-15 ਨਿਜ਼ਾਮਦੀਨ ਤੋਂ ਇਲਾਵਾ ਹੋਰ ਬਰਾਦਰੀ ਦਾ ਕੋਈ ਬੰਦਾ ਸਿਰ ਕੱਢਵਾ ਬੰਦਾ ਕੋਈ ਇੱਕ ਸਾਡੇ ਘਰ ਦੇ ਲਵੇ ਇੱਕ ਤਾਂ ਹੁੰਦੀ ਜੀ ਕੂਈ ਕੂਈ ਹੁੰਦੀ ਜੀ ਪਿੰਡ ਤੇ ਦੱਖਣ ਵਾਲੇ ਪਾਸੇ ਚ ਅੱਛਾ ਉਹਦੇ ਲਵੇ ਸਾਡਾ ਘਰ ਜ਼ਮੀਨ ਉਹਨਾਂ ਦੀ ਹੁੰਦੀ ਦੌਲਤਪੁਰ ਅੱਛਾ ਉਹਦੇ ਲਵੇ ਸਾਡਾ ਘਰ ਹੁੰਦਾ ਥਾ ਉਹ ਉਹਨਾਂ ਦਾ ਨਾਂ ਕੀ ਸੀ ਦੌਲਤਪੁਰ ਵਾਲਿਆਂ ਦਾ ਬਸ ਉਹਨਾਂ ਦਾ ਮੇਰੇ ਯਾਦ ਨਹੀਂ ਹੈ ਨਹੀਂ ਹੋਰ ਘੁਮਾਰਾਂ ਦਾ ਕੋਈ ਪਤਾ ਘੁਮਾਰਾਂ ਦਾ ਅਲੀਆ ਘੁਮਾਰ ਹੁੰਦਾ ਤਾ ਉਹਦੇ ਦੋ ਮੁੰਡੇ ਦੇ ਮੁੰਡਿਆਂ ਦਾ ਵੀ ਸਹੁਰਿਆਂ ਦਾ ਯਾਦ ਨਹੀਂ ਹੈ ਨਾ ਉਹ ਅਲੀਆ ਘੁਮਾਰ ਦੇ ਉਦੋਂ ਕਿੰਨੀ ਕੁ ਉਮਰ ਸੀ ਅਲੀਆ ਘੁਮਾਰ ਦੀ ਹੋਣੀ ਕੋਈ 50 ਸਾਲ ਦੀ ਹੋਣੀ ਉਦੋਂ ਕਿਆ ਹਾਂ 40 ਦੀ ਹੋਏ 50 ਦੀ ਹੋਏ ਉਹਦੇ ਅੱਗੋਂ ਬਾਲ ਬੱਚਾ ਪੋਤਰੇ ਪਾਤਰੇ ਦੇ ਸ਼ਾਇਦ ਉੱਥੇ ਜਿੰਦਾ ਹੋਣਗੇ ਜਿਉਂਦੇ ਹੋਣਗੇ ਪਾਕਿਸਤਾਨ ਦੀ ਨਹੀਂ ਅੱਛਾ ਇੱਕ ਸਾਡੇ ਉਹਨਾਂ ਦੀ ਜ਼ਮੀਨ ਹੁੰਦੀ ਸੀ
ਦੌਲਤਪੁਰ ਉਹ ਸਾਡੇ ਘਰ ਦੇ ਲਵੇ ਹੁੰਦੇ। ਅੱਛਾ, ਉਹਨਾਂ ਦੇ ਵਡੇਰੇ ਦਾ ਨਾਂ ਨਹੀਂ ਪਤਾ? ਨਾ ਨਾ, ਉਹਨਾਂ ਦਾ ਵੀ ਨਹੀਂ ਪਤਾ ਹੈ। ਅੱਛਾ, ਅੱਛਾ, ਚਲੋ ਇਹ ਹੋ ਗਏ। ਜਦੋਂ ਇਕੱਠੇ ਹੋ ਗਏ ਇੱਥੇ, ਉਹ ਨਾ ਕਿਤੇ ਪਾਸੇ 'ਤੇ ਆਏ ਥੇ। ਅੱਛਾ, ਉਹਨਾਂ ਨੂੰ ਨਵੇਂ ਰਾਈ ਕਹਿੰਦੇ ਥੇ। ਰਾਈ? ਅੱਛਾ, ਹਾਂ ਨਵੇਂ ਰਾਈ। ਤਾਂ ਪਰ ਇਹ ਵੀ ਰਾਈ ਹੋਣੇ ਨੇ ਜਿਹੜੇ ਤੁਹਾਡੇ ਪਿੰਡ ਰਹਿੰਦੇ? ਇਹ ਵੀ ਸਾਰੇ ਰਾਈ ਹੋਣਗੇ, ਨਵੇਂ ਰਾਈ ਉਹਨਾਂ ਨੂੰ ਤਾਂ ਹੀ ਕਹਿੰਦੇ ਸੀ। ਪਹਿਲਾਂ ਪੁਰਾਣੇ ਰਾਈ ਜਿਹੜੇ ਨਿਜ਼ਾਮਦੀਨ ਹੋਣੀ ਹੋਣਗੇ ਉਹ ਪਹਿਲੇ, ਪਰ ਇਹ ਵੀ ਰਾਈ ਸੀ ਲੇਕਿਨ ਪੁਰਾਣੇ ਸੀ ਇਹ। ਤੇ ਇਹ ਜਿਹੜੇ ਨਵੇਂ ਆਏ ਹੋਣੇ ਨੇ ਇਹ ਵੀ ਰਾਈ ਹੋਣਗੇ ਲੇਕਿਨ ਦੂਜੋ। ਇੱਕ ਸਾਡੇ ਪਿੰਡ 'ਚ ਅੰਜਣ ਹੁੰਦਾ ਤਾਂ ਅੰਜਣ। ਅੱਛਾ, ਉਹ ਹੁੰਦਾ ਤਾਂ ਭੱਲੂ ਰਾਈ ਦਾ। ਅੱਛਾ, ਅੰਜਣ ਕਾਹਦੇ ਵਾਸਤੇ? ਮਤਲਬ ਉਹ ਕਿਤੇ ਆਟਾ ਪੀਣ ਵਾਸਤੇ ਲਾਉਣਾ ਥਾ ਜੀ ਚੱਕੀ ਤੇ। ਚੱਕੀ 'ਤੇ ਲਾਉਣੀ ਸੀ, ਇਹਦੇ ਲਾਈ ਨਹੀਂ ਸੀ? ਨਾ ਲਾਈ ਨਹੀਂ ਸੀ ਜੀ। ਅੱਛਾ, ਕੋਈ ਥੋੜ੍ਹੇ ਬਹੁਤੇ ਦਿਨ ਚੱਲੀ ਹੋਣੀ ਮੇਰਾ ਤਾਂ ਖਿਆਲ ਆ। ਅੱਛਾ ਅੱਛਾ, ਜਾਂ ਨਵੇਂ ਹੀ ਤਿਆਰ ਕਰ ਰਹੇ ਤਾਂ ਉਹ ਜਦੋਂ ਇਹ ਪਾਕਿਸਤਾਨ, ਜਦੋਂ ਪਾਕਿਸਤਾਨ ਬਣਿਆ ਨਵਾਂ ਅੰਜਣ, ਅਜੇ ਚੜ੍ਹਦੇ ਪਾਸੇ ਅੰਜਣ ਹੁੰਦਾ ਥਾ। ਅੱਛਾ, ਪਿੰਡ 'ਤੇ ਚੜ੍ਹਦੇ ਪਾਸੇ ਜਿੱਧਰ ਇਹ ਤੁਹਾਡੇ ਘਰ ਦੇ ਅੱਗੇ ਸ਼ਮਸ਼ਾਨ ਘਾਟ ਚੜ੍ਹਦੇ ਨੀ? ਆਹੋ, ਇਹ ਸ਼ਮਸ਼ਾਨ ਇਹਦੇ ਲਾਗੇ ਹੋਣਾ? ਨਹੀਂ ਨਹੀਂ, ਇਹਦੇ ਲਾਗੇ ਨਹੀਂ ਥਾ, ਅੰਦਰ ਪਿੰਡ ਦੇ ਅੰਦਰ ਹੀ ਹੋਣਾ ਜਿੱਥੇ ਗੁਰਦੁਆਰਾ ਹੁਣ। ਨਹੀਂ ਨਹੀਂ, ਗੁਰਦੁਆਰੇ ਨਹੀਂ, ਉਰਲੇ ਪਾਸੇ ਦਾ ਉਹ। ਅੱਛਾ ਅੱਛਾ, ਚਲੋ ਉਰਲੇ ਥਾਂ ਚੜ੍ਹਦੇ ਪਾਸੇ। ਉਹਦੇ ਘਰ ਦੇ ਅੱਗੇ ਨਾ ਦੋ ਤਿੰਨ ਸੀਆਂ ਜਾਮਣਾਂ ਲਾਈਆਂ ਵੀਆਂ ਭੱਲੂ ਰਾਈ ਦੇ। ਅੱਛਾ, ਕਿਹੜਾ ਰਾਈ? ਭੱਲੂ ਰਾਈ, ਭੱਲੂ ਰਾਈ, ਭੱਲੂ ਰਾਈ। ਅੱਛਾ, ਭੱਲੂ ਦਾ। ਅੱਛਾ, ਉਹਦੇ ਜਾਮਣਾ, ਤਿੰਨ ਜਾਮਣਾ ਦੋ ਤਿੰਨ ਮਰੂਦ ਤੇ ਲਾਏ ਵੇ। ਅੱਛਾ, ਉਹਦੇ ਬਾਹਰ ਦੇ ਅੱਗੇ ਐਨ ਬਿਲਕੁਲ ਉਹਦੇ ਕੋਲ ਇੱਕ ਇੱਕ ਟਊਆ ਰਾਈ ਹੁੰਦਾ ਤਾ, ਟਊਆ ਟਊਆ, ਹਾਂ ਉਹਦੇ ਲਵੇ ਹੁੰਦਾ ਤਾ, ਉਹਦਾ ਨਾਂ ਟਊਆ ਸੀ, ਮਤਲਬ ਟਊਆ ਕਰਕੇ ਬੋਲਦੇ ਸੀ। ਹਾਂ, ਟਊਆ। ਅੱਛਾ ਅੱਛਾ, ਉਹਦੇ ਰਹਿਣ। ਅੱਛਾ, ਮਸੀਤ ਵੀ ਹੈ ਸੀ ਤੁਹਾਡੇ ਪਿੰਡ 'ਚ? ਹਾਂ, ਮਸੀਤ ਸੀ ਸ਼ਿਵ ਦੇ ਪਾਸੇ। ਅੱਛਾ, ਉਹ ਹੈ ਜਿਵੇਂ? ਹਾਂ ਹੈਗੀ, ਮਸੀਤ ਖੜੀ ਹੈ। ਅੱਛਾ, ਉਹਨਾਂ ਦੇ ਬਾਬਿਆਂ ਦੇ ਘਰ ਹੀ ਹੈ ਨਾ? ਹਾਂ, ਬਾਬਿਆਂ ਦੇ ਘਰ, ਬਾਬਿਆਂ ਦੇ ਪਿਛਲੇ ਪਾਸੇ ਹੈ। ਅੱਛਾ, ਹੈਗੀ ਉਸੇ ਤਰ੍ਹਾਂ ਹੀ ਹੈ? ਹਾਂ, ਉਸ ਤਰ੍ਹਾਂ ਹੀ ਹੈ। ਅੱਛਾ, ਅਜੇ ਵੀ। ਅੱਛਾ, ਪਰ ਤੁਸੀਂ ਇਹ ਦੱਸੋ ਵੀ ਜਦੋਂ ਫਿਰ ਰੌਲਾ ਪਿਆ ਇੱਥੇ ਇਕੱਠੇ ਹੋ ਗਏ, ਆਲੇ ਦੁਆਲੇ ਕੋਈ ਵੱਢ ਕੱਟ ਜਾਂ ਮਾਰ ਕਾਟ ਹੋਈ? ਲੁੱਟ ਮਾਰ? ਨਾ, ਲੁੱਟ ਮਾਰ ਹੋਈ ਕੋਈ ਨਹੀਂ ਹੋਈ। ਸਭ ਮੁਸਲਮਾਨ ਨਾ ਕੁਛ ਤਾਂ ਮੁੜ ਕੇ ਉਰੇ ਤੇ ਅਲੀਪੁਰ ਵਾਗੇ ਦੁਬਾਰੇ ਫੇਰ। ਅੱਛਾ, ਕੁਛ ਜਨੇਹੜੀ ਬਹੁਤ ਬਹੁਤ ਨੁਕਸਾਨ ਹੋਇਆ ਤਾ ਜਨੇਹੜੀ। ਅੱਛਾ, ਜਿਹੜਾ ਆ ਬਹੁਰਪੁਰ ਜਨੇਹੜੀ, ਜਨੇਹੜੀਆਂ ਦੌਣ ਦੇ ਲਵੇ ਆ? ਹਾਂ ਹਾਂ, ਨਾ ਦੌਣ ਵਾਲੇ ਪਾਸੇ, ਦੌਣ ਵਾਲੇ ਪਾਸੇ ਹੀ ਆ। ਆਹੋ, ਜੋੜੀ ਦੌਣ ਤੇ ਲਾ ਲਾ ਤੂੰ। ਹਾਂ ਹਾਂ, ਅੱਛਾ ਉੱਥੇ ਵੱਢ ਕੱਟ ਜ਼ਿਆਦਾ ਹੋਈ? ਉੱਥੇ ਬਹੁਤ ਜ਼ਿਆਦਾ ਵੱਢੇ ਗਏ ਅਤੇ ਲੁੱਟਮਾਰ ਤਾਂ ਲੋਕਾਂ ਨੇ ਬਹੁਤ ਕੀਤੀ ਹੋਣੀ ਆ। ਬਹੁਤ ਜ਼ਿਆਦਾ ਲੁੱਟਮਾਰ ਹੋਈ ਹੋਣੀ। ਅਲੀਪੁਰ ਵੀ ਬਹੁਤ ਮਰਿਆ ਬੰਦਾ। ਅੱਛਾ, ਇਹ ਵੀ ਅਲੀਪੁਰ ਇੱਕ ਰਾਈਆਂ ਦਾ ਸਾਰਾ ਅਲੀਪੁਰ। ਅਲੀਪੁਰ ਇੱਕ ਕੂਈ ਹੁੰਦੀ ਸੀ ਤਖਾਣ ਵਾਲੇ ਪਾਸੇ ਅਲੀਪੁਰ, ਉਹ ਦੇਖ ਲਿਆ ਵੀ ਸਿਰੇ ਹੀ ਭਰ ਗਈ ਸੀ। ਹਾਂ, ਅੱਛਾ, ਹਾਂ ਉਹ ਮੈਂ ਵੀ ਦੇਖੀ ਆ। ਤੁਸੀਂ ਵੀ ਕਿਤੇ ਗਏ ਅਸੀਂ ਹਲਿਆ ਤੇ ਨਾ ਪੰਜ ਚਾਰ ਦਿਨ ਪਿੱਛੇ ਗਏ ਤੇ ਸਿਰੇ ਸੀ ਕੂਈ ਭਰੀ ਵੀ ਮੈਂ ਇੰਨੇ ਦੇਖੀ ਆ। ਅੱਛਾ ਅੱਛਾ, ਉਸ ਵਕਤ ਅਲੀਪੁਰ। ਅੱਛਾ ਅੱਛਾ, ਨਹੀਂ ਤੁਸੀਂ ਨੀ ਸ਼ਾਮਿਲ ਹੋਏ ਫਿਰ ਕਿਸੇ ਲੜਾਈ ਝਗੜੇ ਜਾਂ? ਨਾ ਨਾ ਨਾ, ਅਸੀਂ ਨੀ ਤੇ, ਸਾਡੀ ਉਮਰ ਥੋੜੀ ਸੀ। ਨਹੀਂ ਕੁਛ ਲਿਆ ਨੀ, ਕੁਛ ਮਾੜਾ ਮੋਟਾ ਕੋਈ ਮਾਲ ਮਿਲਿਆ ਨੀ ਤੁਹਾਨੂੰ? ਨਾ, ਸਾਨੂੰ ਮਿਲੇ ਤੇ ਕੋਈ ਮਸਰੀ ਦਾ ਮਿਲ ਗਈ ਸੀ ਅਲੀਪੁਰ ਤੇ, ਕਈ ਦਿਨ ਪਿੱਛੇ ਤੇ ਗਏ। ਅੱਛਾ, ਕਿਸੇ ਦੇ ਘਰੇ? ਹਾਂ। ਅੱਛਾ, ਇੱਕ ਸਲਾਮਦੀਨ ਫਾਟਕਾਲਾ ਵੱਜਦਾ ਥਾ ਅਲੀਪੁਰ ਚ। ਅੱਛਾ, ਉਹਦੇ ਘਰ ਤੇ ਮਿਲੀ ਸੀ। ਅੱਛਾ, ਪਰ ਓਦਾਂ ਤੁਸੀਂ ਕਿਸੇ ਲੜਾਈ ਝਗੜੇ ਚ ਨੀ ਕੁਛ? ਨਾ ਨਾ, ਲੜਾਈ ਝਗੜੇ ਚ ਕੋਈ, ਛੋਟੇ ਸੀ ਮਤਲਬ ਤੁਹਾਡੇ ਪਿੰਡ? ਮਤਲਬ ਸਾਡੀ ਉਮਰ ਥੋੜੀ ਸੀ ਉਸ ਵਕਤ ਤੇ। ਮਤਲਬ ਫਿਰ ਤੁਹਾਡੇ ਪਿੰਡ ਦਾ ਕੋਈ ਬੰਦਾ ਤਾਂ ਨੀ ਨੁਕਸਾਨਿਆ ਗਿਆ ਤੁਹਾਡੇ ਪਿੰਡ ਦਾ? ਮਤਲਬ ਸਾਡੇ ਪਿੰਡ ਨਾ ਮਗਰੋਂ ਦਾ ਇੱਕ ਵੱਢਿਆ ਗਿਆ ਤਾਂ ਪਤਾ ਨੀ ਕੌਣ ਥਾ ਕੌਣ ਨਹੀਂ, ਮਸੀਤ ਦੇ ਵਿੱਚ। ਪਿੰਡ ਦਾ ਨੀ ਸੀ ਪਰ
ਪਰ ਪਿੰਡ ਦਾ ਕੋਈ ਪਤਾ ਨਹੀਂ ਤਾ, ਪਰ ਵੱਡਿਆ ਉਹ ਮਗਰੋਂ ਤਾ। ਅੱਛਾ, ਬਾਹਰੋਂ ਕਿਤੇ ਆ ਗਿਆ ਹੋਣਾ ਉੱਥੇ ਬੈਠਾ, ਬਾਹਰੋਂ ਕਿਸੇ ਨੇ ਵੜ ਤਿਆ ਹੋਣਾ। ਅੱਛਾ ਅੱਛਾ, ਉਸ ਤਰ੍ਹਾਂ ਤੁਹਾਡੇ ਪਿੰਡ ਦੇ ਜਿੰਨੇ ਵੀ ਮੁਸਲਮਾਨ ਨੇ ਉਹ ਆਰਾਮ ਨਾਲ ਗਏ? ਉਹ ਆਰਾਮ ਨਾਲ ਗਏ। ਤੇ ਤੁਸੀਂ ਉਹਨਾਂ ਨੂੰ ਕਿਤੇ ਵਿਦਾ ਵੁਦਾ ਛੱਡ ਕੇ ਆਏ ਜਾਂ ਵੈਸੇ ਆਪਣੇ ਵਿੱਚ? ਨਾ ਨਾ, ਆਪੇ ਗਏ ਆ ਉਹ। ਮਤਲਬ ਤੁਹਾਨੂੰ ਜਾਣ ਲੱਗਾ ਮਿਲੇ ਨਹੀਂ ਉਹ? ਨਾ ਨਾ, ਅਸੀਂ ਤਾਂ ਫਿਰ ਨਾ ਤੁਸੀਂ ਚਲੇ ਗਏ ਸੀ। ਸਾਡੇ ਕੋਲ ਭੇਡਾਂ ਹੁੰਦੀਆਂ ਤੇ ਅਸੀਂ ਭੇਡਾਂ ਹੱਕ ਕੇ ਮਾਜਰੀ ਚਲੇ ਗਏ। ਮਾਜਰੀ ਚਲੇ ਗਏ, ਤੁਹਾਡੇ ਪਿੱਛੋਂ ਚਲੇ ਗਏ ਫਿਰ? ਹਾਂ, ਸਾਡੇ ਪਿੱਛੋਂ ਗਏ। ਤੇ ਫਿਰ ਹੁਣ ਤੱਕ ਕੋਈ ਆਇਆ ਮੁੜ ਕੇ ਉਹਨਾਂ ਦਾ ਕੋਈ ਮਿਲਣ ਮੁਲਣ ਵਾਲਾ ਇੱਥੇ ਆਇਆ ਆਪਣਾ ਪਿੰਡ? ਇੱਕ ਖਬਰੀ ਤਾਂ ਥਾ ਉਹ ਅਲੀ ਨਾ ਉਰੇ ਦੌਲਤਪੁਰ ਦਾ ਥਾ, ਇੱਕ ਬੰਦਾ ਆਇਆ ਥਾ ਪਰ ਮੈਨੂੰ ਨਹੀਂ ਮਿਲਿਆ ਹੈ। ਮੈਂ ਪਟਿਆਲੇ ਗਿਆ ਹੋਇਆ ਤਾ ਉਸ ਵਕਤ। ਨਹੀਂ ਪਰ ਪਿੰਡ ਦੌਲਤਪੁਰ ਦਾ ਇੱਥੇ ਮਿਰਜ਼ਾਪੁਰ? ਆਹੋ, ਉਹ ਮਿਰਜ਼ਾਪੁਰ ਖਬਰਾਂ ਉਰੇ ਰਹਿੰਦਾ, ਉਰੇ ਰਹਿੰਦਾ ਹੋਣਾ ਜਾਂ ਉਹਦਾ ਕੋਈ ਪੁਰਾਣਾ, ਯਾਨੀ ਆਇਆ ਥਾ ਇੱਕ ਵਾਰੀ। ਨਹੀਂ ਮੈਂ ਲੰਬੜਦਾਰਾਂ ਚੋਂ ਕੋਈ ਨੀ ਆਇਆ? ਨਿਜ਼ਾਮ ਦੀ ਟੱਬਰ? ਨਾ ਨਾ, ਉਹਨਾਂ ਜੀ ਕੋਈ ਨੀ ਆਇਆ ਹੈ। ਮਤਲਬ ਕੋਈ ਹੁਣ ਤੱਕ ਨਹੀਂ ਆਇਆ? ਨਾ। ਅੱਛਾ ਅੱਛਾ, ਤੇ ਹੋਰ ਕੋਈ ਉਹਨਾਂ ਨੂੰ ਸੁਨੇਹਾ ਦੇਣਾ ਹੋਵੇ? ਤੁਸੀਂ ਹੁਣ ਜੇ ਉਹ ਇੱਥੇ ਆਉਣਾ ਚਾਹੁਣ ਜਾਂ ਤੁਹਾਨੂੰ ਮੰਨ ਲਿਆ, ਹੋ ਸਕਦਾ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਉਹਦਾ ਨਿਜ਼ਾਮਦੀਨ ਦਾ ਕੋਈ ਅੱਗੋਂ ਪੋਤਰਾ ਆਪਣਾ ਪੋਤਰਾ ਜਾਂ ਕੋਈ ਦਾ ਪੁੱਤਰ ਜੋ ਚੰਗਾ ਹੋਵੇਗਾ, ਮਿਲ ਜਾਏਗਾ। ਹਾਂ, ਤੇ ਮਤਲਬ ਉਹ ਆਉਣਗੇ ਤੇ ਤੁਸੀਂ ਉਹਨਾਂ ਦਾ ਕਰੋਗੇ, ਜੀ ਆਇਆਂ ਆਖੋਗੇ ਨਾ? ਹਾਂ ਹਾਂ, ਵਾਹ ਬਈ ਵਾਹ। ਆਪਣਾ ਚਾਹ ਪਾਣੀ ਉਹਨਾਂ ਨੂੰ ਬੁਲਾਓਗੇ, ਤੁਹਾਡੇ ਪੁਰਾਣੇ ਮਤਲਬ ਤੁਹਾਡੇ ਪਿੰਡ ਵਾਸੀ ਨੇ? ਹਾਂ ਹਾਂ, ਤੇ ਮਤਲਬ ਉਹ ਆਉਣ ਤੇ ਤੁਸੀਂ ਉਹਨਾਂ ਦਾ ਸਵਾਗਤ ਕਰੋਗੇ? ਹਾਂ, ਕਰਾਂਗੇ। ਹਾਂ, ਤੇ ਬਾਕੀ ਕੀ ਉਹਨਾਂ ਨੂੰ ਕੋਈ ਆਪਣੇ ਜਿਹੜੇ ਵੀ ਨਿਜ਼ਾਮਦੀਨ ਦੇ ਅੱਗੋਂ ਜਿਹੜੇ ਔਲਾਦ ਆ ਜਿਹੜੇ ਉਸ ਇਸ ਪਿੰਡ ਦੇ ਜਿੰਨੇ ਵੀ ਇੱਥੋਂ ਉੱਠ ਕੇ ਗਏ ਨੇ, ਉਹਨਾਂ ਦੇ ਜ਼ਾਹਿਰ ਹੈ ਕਿ ਉਹਨਾਂ ਦਾ ਕੋਈ ਨਾ ਕੋਈ ਅੱਗੋਂ ਪੋਤਰਾ ਪੋਤਰਾ ਪੁੱਤਰ ਕੋਈ ਨਾ ਕੋਈ ਜਿਉਂਦਾ ਹੋਵੇ, ਜਿਵੇਂ ਤੁਸੀਂ ਹੈਗੇ ਹੁਣ 90 ਸਾਲ ਦੇ, ਤੇ ਉਹਨਾਂ ਦਾ ਵੀ ਕੋਈ 90 ਸਾਲ ਦਾ ਕੋਈ ਜੀ ਹੋਏਗਾ ਨਾ ਜਿਉਂਦਾ? ਹਾਂ, ਜੇ ਕੋਈ ਹੋਇਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਕੋਈ, ਮਤਲਬ ਤੁਸੀਂ ਕੋਈ ਚੰਗਾ ਮਿਲ ਜਾਏਗਾ, ਮਿਲ ਜਾਏਗੇ ਉਹ ਸਾਨੂੰ ਆ ਕੇ ਨਾ ਮਿਲ ਜਾਏਗੇ, ਤੁਹਾਨੂੰ ਚੰਗਾ ਲੱਗੇਗਾ ਕਿ ਤੁਹਾਡੇ ਪੁਰਾਣੇ ਪਿੰਡ ਦੇ ਸਾਡੇ ਪਿੰਡ ਦੇ ਹੋਵੇਗੇ? ਹਾਂਜੀ, ਆਪਣੇ ਭਾਈਆਂ ਵਰਗੇ ਸੀ ਉਹ? ਠੀਕ ਆ, ਸਾਡੇ ਭਾਈ ਵਰਗੇ ਆ ਬਸ।